ਅੰਮ੍ਰਿਤਸਰ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਨੌਜਵਾਨਾਂ ਨੂੰ ਲਿਆ ਫੜ, ਹੁਣ ਸੁੱਟਿਆ ਸਲਾਖਾਂ ਦੇ ਪਿੱਛੇ। ਤੁਹਾਨੂੰ ਦੱਸ ਦਈਏ ਕਿ ਲੰਬੇ ਸਮੇਂ ਤੋਂ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਲੁੱਟਾਂ ਖੋਹਾਂ ਦੀ ਵਾਰਦਾਤਾਂ ਹੈਗੀਆਂ ਸੀ, ਹੋ ਰਹੀਆਂ ਸੀ। ਹਰ ਕੋਈ ਇਨਸਾਨ ਡਰ ਦੇ ਮਾਹੌਲ ਵਿੱਚ ਜੀਂਦਾ ਪਿਆ ਸੀ, ਕਿਉਂਕਿ ਜਦੋਂ ਕੋਈ ਰਾਤ ਨੂੰ ਜਾਂ ਦਿਨੇ ਹੀ ਕੋਈ ਸੁਨਸਾਨ ਇਲਾਕੇ ਵਿੱਚ ਨਿਕਲਦਾ ਸੀ ਕਿ ਪਿੱਛੋਂ ਕੋਈ ਆ ਕੇ ਉਹਨੂੰ ਘੇਰ ਲੈਂਦੇ ਸੀ, ਉਹਨੂੰ ਦੋ ਤਿੰਨ ਜਣੇ ਆ ਕੇ ਹਥਿਆਰ ਦਿਖਾ ਕੇ, ਪਿਸਤੌਲ ਦਿਖਾ ਕੇ ਉਹਦੇ ਕੋਲੋਂ ਜੋ ਵੀ ਕੁਛ ਹੁੰਦਾ ਸੀ ਖੋਹ ਲੈਂਦੇ ਸੀ। ਖਾਸ ਤੌਰ ਤੇ ਬਾਈਕ ਖੋਹ ਕੇ ਲੈ ਜਾਂਦੇ ਸੀ, ਮੋਬਾਈਲ ਖੋਹ ਕੇ ਲੈ ਜਾਂਦੇ ਸੀ, ਉਹ ਪਰਸ ਵਗੈਰਾ ਖੋਹ ਕੇ ਲੈ ਜਾਂਦੇ ਸੀ। ਕਈ ਵਾਰੀ ਤਾਂ ਉਸ ਨੌਜਵਾਨ ਨੂੰ ਸੱਟਾਂ ਵੀ ਮਾਰ ਕੇ ਚਲੇ ਜਾਂਦੇ ਸੀ, ਜਿਹਦਾ ਖਮਿਆਜ਼ਾ ਹੈਗਾ ਸੀ ਉਹਦੇ ਪਰਿਵਾਰਕ ਮੈਂਬਰਾਂ ਨੂੰ ਵੀ ਭੁਗਤਣਾ ਪੈਂਦਾ ਸੀ, ਕਿਉਂਕਿ ਜਦੋਂ ਕਿਸੇ ਦੀ ਚੀਜ਼ ਜਾਂਦੀ ਹੈ ਜਾਂ ਗੁਆਚੀ ਜਾਂਦੀ ਹੈ ਕਿ ਜਾਂ ਕੋਈ ਖੋਹ ਕੇ ਲੈ ਕੇ ਜਾਂਦਾ ਆ, ਤਾਂ ਉਹਨੂੰ ਖੁਦ ਦੀ ਚੀਜ਼ ਲੈਣ ਲਈ ਹੀ ਕਿਤੇ ਨਾ ਕਿਤੇ ਤਰਲੇ ਮਾਰਨੇ ਪੈਂਦੇ ਹੈਗੇ ਆ। ਇਹ ਜਿਹੜੇ ਹਾਲਾਤ ਹੁਣ ਬਣ ਚੁੱਕੇ ਸੀ, ਲੇਕਿਨ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਅਨੁਸਾਰ ਕੁਛ ਨੌਜਵਾਨ ਜਿਹੜੇ ਹੈਗੇ ਸੀ ਆ ਰਹੇ ਸੀ, ਉਹਨਾਂ ਨੂੰ ਫੜ ਕੇ ਹੁਣ ਸਲਾਖਾਂ ਦੇ ਪਿੱਛੇ ਸੁੱਟ ਦਿੱਤਾ ਹੈਗਾ। ਕਾਫੀ ਜਿਹੜੀ ਜਾਣਕਾਰੀ ਹੈਗੀ ਹੈ ਦੱਸਦੇ ਪਏ ਨੇ, ਪੁਲਿਸ ਦੇ ਵੱਡੇ ਅਧਿਕਾਰੀ ਕਹਿ ਰਹੇ ਨੇ ਕਿ ਅਸੀਂ ਹਥਿਆਰਾਂ ਦੇ ਸਮੇਤ ਇਹਨਾਂ ਨੌਜਵਾਨਾਂ ਨੂੰ ਫੜਿਆ, ਜੋ ਕਿ ਕਾਫੀ ਲੰਬੇ ਸਮੇਂ ਤੋਂ ਲੁੱਟਾਂ ਖੋਹਾਂ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਪਏ ਸੀ। ਔਰ ਵੱਡੀ ਗੱਲ ਹੈਗੀ ਹੈ ਕਿ ਕਿਰਾਇਆਂ 'ਤੇ ਰਹਿੰਦੇ ਸੀ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਜਾ ਕੇ, ਜਿੱਥੇ ਵੀ ਜਾ ਕੇ ਕਿਤੇ ਵਾਰਦਾਤ ਕਰਦੇ ਸੀ ਉੱਥੇ ਜਾ ਕੇ ਇਸ ਤਰ੍ਹਾਂ ਰਹਿੰਦੇ ਸੀ ਜਿਸ ਤਰ੍ਹਾਂ ਕਿ ਬਹੁਤ ਹੀ ਗਰੀਬ ਅਤੇ ਮਾਤੜ ਸਾਥੀ ਹੋਣ, ਕਿਰਾਏ 'ਤੇ ਮਕਾਨ ਲੈ ਕੇ ਰਹਿੰਦੇ ਸੀ। ਉਸ ਤੋਂ ਬਾਅਦ ਉੱਥੇ ਇਲਾਕੇ ਦੇ ਵਿੱਚ ਲੁੱਟਾਂ ਖੋਹਾਂ ਨੂੰ ਅੰਜਾਮ ਦੇ ਕੇ ਥੋੜ੍ਹਾ ਚਿਰ ਬਾਅਦ ਫਿਰ ਉਹ ਸ਼ਹਿਰ ਤੋਂ ਦੂਸਰੇ ਸ਼ਹਿਰ 'ਚ ਚਲੇ ਜਾਂਦੇ ਸੀ। ਇਹ ਇਹਨਾਂ ਨੇ ਹੱਥਕੰਡਾ ਜਿਹੜਾ ਅਪਣਾਇਆ ਸੀ। ਪੁਲਿਸ ਦੇ ਵੱਡੇ ਅਧਿਕਾਰੀ ਕੀ ਕਹਿੰਦੇ ਪਏ ਨੇ, ਬਣੇ ਤੋਂ ਸਾਡੇ ਚੈਨਲ ਨਾਲ। ਆਫ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਆਪਾਂ ਐਂਟੀ ਸੋਸ਼ਲ ਐਲੀਮੈਂਟਸ ਤੇ ਔਰ ਸਪੈਸ਼ਲੀ ਜਿਹੜਾ ਡਰੱਗਸ ਆਰਮਸ ਤੇ ਐਕਸਾਈਜ਼ ਦੇ ਉੱਤੇ ਸਪੈਸ਼ਲ ਫੋਕਸ ਕਰ ਰਹੇ ਸੀਗੇ। ਉਹਦੇ ਤਹਿਤ ਹੀ ਕਮਿਸ਼ਨਰ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ। 3 ਦੋਸ਼ੀ ਅਸੀਂ ਫੜੇ ਆ, 4 ਹਥਿਆਰਾਂ ਨਾਲ। ਉਹਨਾਂ 'ਚ 0.32 ਬੋਰ ਦੇ 2-3 ਨੇ ਤੇ 1 ਹੈਗਾ 0.315 ਦਾ, ਨਾਲ ਲਾਈਵ ਰਾਊਂਡਸ ਨੇ। ਇਹ ਬੰਦੇ ਕਾਫੀ ਪੁਰਾਣੇ ਰੋਬਰ, ਇਹਨਾਂ ਨੂੰ ਕਹਿ ਸਕਦੇ ਆ, ਜਿਹੜੇ ਰੋਬਰੀ ਕਰਦੇ ਆ ਔਰ ਸਨੈਚਿੰਗ ਐਂਡ ਰੋਬਰੀ, ਔਰ ਉਹ ਵੀ ਪਿਸਟਲ ਦੀ ਨੋਕ ਤੇ। ਇਹ 'ਚ ਮੇਨ ਜਿਹੜਾ ਇਹਨਾਂ ਦਾ ਕਿੰਗ ਪਿੰਨ ਹੈਗਾ ਪ੍ਰਦੀਪ, ਇਹ ਕਾਫੀ ਪੁਰਾਣਾ ਕ੍ਰਿਮੀਨਲ ਹੈ। ਇਹ ਹੁਣ ਜਿਹੜਾ ਇਹ ਲੇਟੈਸਟ ਰਹਿ ਰਿਹਾ ਸੀਗਾ ਅਲੱਗ ਅਲੱਗ ਜ਼ਿਲ੍ਹਿਆਂ 'ਚ, ਜਿਹਨੇ ਪਹਿਲਾਂ ਤਾਂ ਅੰਮ੍ਰਿਤਸਰ ਦਾ ਰਹਿਣ ਵਾਲਾ, ਅਤੇ ਇਸ ਤੋਂ ਬਾਅਦ ਜਦੋਂ ਕ੍ਰਾਈਮ ਕਰਕੇ ਇੱਥੇ ਭੱਜਿਆ, ਪਹਿਲਾਂ ਤਰਨ ਤਾਰਨ ਇਹਨੇ ਰਿਹਾਇਸ਼ ਲਈ, ਫਿਰ ਉਸ ਤੋਂ ਬਾਅਦ ਗੁੱਜਰਪੁਰੇ, ਫਿਰ ਬੰਗੇ SBS ਨਗਰ ਨਵਾਂ ਸ਼ਹਿਰ 'ਚ, ਫਿਰ ਮੋਲ ਟਾਊਨ ਹੁਸ਼ਿਆਰਪੁਰ। ਬੇਸਿਕਲੀ ਬੜਾ ਛਾਤਰ ਕ੍ਰਿਮੀਨਲ ਹੈ, ਔਰ ਇਹਦਾ ਬੈਕਗਰਾਊਂਡ ਇਹ ਹੈ ਕਿ ਇਹ, ਜੇ ਤੁਹਾਨੂੰ ਯਾਦ ਹੋਵੇ, 2020 ਦੇ ਵਿੱਚ ਇਹਦੇ ਨਾਲ ਜਿਹੜੇ ਸਾਥੀ ਸੀ ਗੁਰਪ੍ਰੀਤ ਤੇ ਜਰਨੈਲ, ਉਹ ਜੇਲ੍ਹ ਨੂੰ